ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੈਂਸਰਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਲਾਗੇ ਜਗਦੇਵ, ਲਾਗੇ ਜਿਹੜਾ ਪਿੰਡ ਜਗਦੇਵ ਕਲਾਂ ਜਿਹੜਾ ਪੈ ਜਾਂਦਾ ਵਾ, ਕਾਫੀ ਮਸ਼ਹੂਰ ਆ ਲਵਾਰਕਾ ਰੋਡ 'ਤੇ। ਇੱਥੇ ਲਵਾਰਕਾ ਰੋਡ ਦੇ ਲਾਗੇ ਜਿਹੜਾ ਵੀਰ ਜੀ ਹੋਣਾਂ ਦਾ ਪਿੰਡ ਹੈ ਅਤੇ ਕੁੱਕੜਾਂ ਲਾਡਾ ਵੀ ਵੀਰ ਜੀ ਹੋਣਾਂ ਨੂੰ ਲਾਗੇ ਲੱਗਦਾ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਪਹਿਲੀ ਵਾਰ ਇਸ ਘਰ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਆ, ਚੰਗੀਆਂ ਵੈੜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ, ਇੱਕ ਪਿਓਰ ਦੋ ਦੰਦ ਤੁਹਾਨੂੰ ਜਿਹੜੀ ਮੂੰਹ ਦਿਖਾਵਾਂਗੇ, ਸੋਹਣੇ ਪ੍ਰਿੰਟ ਵਾਲੀਆਂ ਵੈੜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਬਾਕੀ ਅੱਜ ਮੌਸਮ ਵੀ ਕਾਫੀ ਠੰਡਾ ਹੋਇਆ ਪਿਆ, ਬੱਦਲ ਜਿਹੜੇ ਕਾਫੀ ਹੋਏ ਆ ਅਤੇ ਹਵਾ ਵੀ ਜਿਹੜੀ ਕਾਫੀ ਠੰਡੀ ਚੱਲਣ ਦੀ ਆ, ਪੱਖੇ ਜਿਹੜੇ ਬੰਦ ਕਰਤੇ ਆ। ਚਲੋ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ, ਕਿਰਪਾ ਸਤਿਗੁਰੂ ਜੀ ਦੀ। ਚਲੋ ਵਧੀਆ, ਕਿਰਪਾ ਚਾਹੀਦੀ ਅੱਜ ਤੇ, ਕਿਰਪਾ ਕਹੋ ਵੱਧ ਹੋਈ ਪਈ ਗਈ। ਅੱਜ ਮੌਸਮ ਕਾਫੀ ਠੰਡਾ ਹੋ ਗਿਆ ਨਾ, ਕਾਫੀ ਦਿਨ ਹੋ ਗਏ ਗਰਮੀ ਕਾਫੀ। ਗਾਵਾਂ ਵੇਖੋ ਕਿੱਡੇ ਰਮਾਨ ਨਾਲ ਖਲੋਤੀਆਂ ਵਾ ਸਾਰੀਆਂ। ਤੇ ਵਪਾਰ ਦਾ ਕੰਮ ਜੇ ਫਿਰ ਆਪਣਾ? ਹਾਂਜੀ, ਵਪਾਰ ਦਾ ਕੰਮ ਹੈ। ਕਿੰਨਾ ਕੁ ਚਿਰ ਹੋ ਗਿਆ ਕੰਮ ਕਰਦੇ ਨੂੰ? 8-9 ਸਾਲ ਹੋ ਗਏ। ਅੱਛਾ, ਗਾਵਾਂ ਹੀ ਲਿਆਈਆਂ ਜ਼ਿਆਦੀਆਂ? ਹਾਂਜੀ, ਗਾਵਾਂ ਪਈਆਂ ਵੀ ਲੈ ਦੇ, ਪਰ ਕੱਟ ਗਾਵਾਂ ਜ਼ਿਆਦਾ ਲੈ। ਗਾਵਾਂ ਲੈ ਦੀਆਂ ਜ਼ਿਆਦਾ ਹਨਾ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਬਿੱਲਾ ਜੀ। ਹਾਂਜੀ, ਪਿੰਡ ਸੈਂਸਰਾ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਬੋਲ ਦੇ ਕਰੀ। 9017636 9942 2317। ਠੀਕ ਹੈ ਜੀ, ਤੇ ਕਰੀਏ ਫਿਰ ਸ਼ੁਰੂ ਹਨਾ। ਤੇ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਆ, ਇਹਦੇ ਤੋਂ ਹੀ ਆਪਾਂ ਕਰਨੀ ਆ। ਥਾਣੇ ਦੇ ਕਰੀ ਲਾਗੇ ਦੇ ਦੇਖ ਸਕਦੇ, ਕਾਫੀ ਪਿਆਰਾ ਥਾਣੇ ਆ ਤੇ ਹੈਗੇ ਬਿਲਕੁਲ ਠੰਡੀ ਸੀ। ਤੋਰ ਦੋ ਵਧੀਆ ਕਰੀ ਫਿਰ ਇਹਨਾਂ, ਫਿਰ ਇਹਦੀ ਡਿਟੇਲ ਦੱਸਦੇ। ਬਾਕੀ ਮੀਂਹ ਵੀ ਜਿਹੜਾ ਪੈਣਾ ਸ਼ੁਰੂ ਹੋ ਗਿਆ। ਹਾਂ ਦੇਖ ਸਕਦੇ ਜੀ, ਹੈਗੀ ਜਿਹੜੀ ਕਾਫੀ ਪਿਆਰੀ ਜੀ ਵੈੜ ਆ, ਜਿਹੜੀ 20+ ਵਾਲੀ ਲਗਭਗ ਵੀਰ ਜੀ ਹੋਣੀ ਦੱਸਦੇ ਕਿ ਸਾਰੀਆਂ ਜਿਹੜੀਆਂ ਅੱਜ 20+ ਵਾਲੀਆਂ ਹੀ ਆ। ਸੋਹਣੇ ਰੰਗ ਰੂਪ ਦੀ ਆ। ਬਾਕੀ ਹਵਾਨੇ 'ਚ ਜਿਹੜੇ ਲਾਂਜੜੀਆਂ ਕਾਫੀ ਆ, ਸੋਣ ਤੱਕ ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ। ਕਿੰਨਾ ਕੁ ਟਾਈਮ ਵੀਰ ਜੀ ਅਜੇ ਖੜਦੀ ਜੀ ਸੋਣ 'ਚ? 10-12 ਦਿਨ ਲੈ ਜਾਂਦੇ। 10-12 ਦਿਨ ਲੈ ਜਾਊਗੀ। ਕਿੰਨਾ ਕੁ ਦੁੱਧ ਚਵਾਈ ਜਾਊਗੀ? ਚਵਾਈ 20+। ਅੱਛਾ, 20 ਲੀਟਰ ਆਰਾਮ ਨਾਲ। ਅੱਛਾ ਜੀ, ਹਾਂਜੀ ਹਾਂਜੀ, ਉਹ ਤੇ ਮਾਪੀ ਜਿੰਨਾ ਕੋ ਸੇਲ ਕੀ ਹੈ ਮਾਪੀ ਲਈ ਹੈ। ਹਾਂਜੀ, ਕੀਤੀ ਉਹ ਤੇ ਵੱਧ ਆਂਦੇ ਵੀ 25-26 ਤੇ ਅਸੀਂ ਲੋਕ 22-23 ਜਾਂਦੇ। ਠੀਕ ਹੈ ਜੀ, ਦੇਗੀ ਵੱਧਦੀ। ਬਾਕੀ ਚਲੋ ਗਾਂ ਮੌਸਮ ਵੀ ਚੰਗਾ ਆ ਜਾਣਾ। ਹਾਂਜੀ ਹਾਂਜੀ, ਤੇ ਕੀ ਮੁੱਲ ਜੇ ਦਾ? ਮੁੱਲ ਵੀ ਜੀ ਦੇਣ ਲੈਣ ਵਾਲੀ ਗੱਲ ਕੋਈ ਮੁੱਲ ਨਹੀਂ ਕਰਨਾ। ਅੱਛਾ, ਮਾਪੀ ਦੇਣ ਵਾਲੀ 55,000 ਦੀ ਦੇ। 55,000? ਹਾਂਜੀ, ਮੌਕੇ ਤੇ ਚਲੋ ਥੋੜਾ ਬਹੁਤ ਹੋ ਜਾਊਗਾ, ਕਰਾਂਗੇ ਮੌਕੇ ਤੇ ਮਾਨ ਤਾਂ ਜਿਹੜਾ ਹੋ ਜਾਊਗਾ। ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਦਿਖਾਉਣੀ ਆ, ਦੋਂਦੀ ਬੱਚੀ ਜੇ, ਇਹ ਦੋ ਦੰਦ ਆ, ਦੰਦ ਠੰਡੀ ਠੰਡੀ ਬਹੁਤ ਬਾਲੀ ਠੰਡੀ ਆ। ਠੀਕ ਹੈ, ਹਾਈਟ ਤੇ ਇਹਦੀ ਤੁਹਾਡੇ ਜਿੱਡੀ ਆਉਂਦੀ ਜੇ ਪੂਰੀ? ਹਾਂਜੀ, ਹਾਈਟ ਬਹੁਤ ਹੈ ਮੈਂ ਵੀ, ਬਾਕੀ ਦੋ ਦੰਦ ਵਿੱਚ ਮੇਰੇ ਦੰਦ ਵੀ ਤੁਹਾਨੂੰ ਚੈੱਕ ਕਰਾਉਨੇ, ਚੰਗੇ ਉੱਚੇ ਕੱਦ ਕਾਟਦੀ ਆ, ਪੂਰੀ ਵਧੀਆ ਹਾਈਟ ਆ ਜਿਹੜੀ ਇਹਦੀ, ਬਹੁਤ ਚੰਗਾ ਲੱਗਦਾ। ਇਹ ਵੀ ਅਜੇ ਗੱਬਨ ਆ, ਹਵਾ ਜਿਹੜਾ ਵਾ ਹਵਾਨਾ ਚੰਗਾ ਭਰੂਗੀ। ਦੰਦ ਵੀ ਇਹਦੀ ਚੈੱਕ ਕਰਾ ਦਈਏ ਤੇ ਕਰੀ ਆਪਾਂ। ਆਹ ਦੇਖ ਸਕਦੇ ਜੀ ਪਿਓਰ ਦੋ ਦੰਦ ਜੀ, ਲਿਆ ਜਾਓ ਫਿਰ ਜੇ ਕਰੀ ਉੱਧਰ ਨੂੰ ਤੋਰ ਦਿਓ। ਹਾਈਟ ਇਹਦੀ ਦੇਖ ਸਕਦੇ ਕਰੀ, ਕਾਫੀ ਚੰਗੀ ਆ। ਲੈ ਜਾਓ ਵੀਰ ਜੀ, ਠੰਡੀ ਬਾੜੀ ਜਿੱਦਾਂ ਮਰਜ਼ੀ ਬਹਿ ਜਾਓ ਥੱਲੇ। ਠੀਕ ਹੈ, ਕਰੀ ਥੰਮ ਦਿਖਾ ਰਹੀ ਹੈ ਵੀਰ ਜੀ, ਥੋੜ੍ਹਾ ਜਿਹਾ ਡਰ ਗਈ ਹੈ ਸਾਡੇ ਕੋਲ। ਚਲੋ ਲੈ ਜਾਓ ਵੀਰ ਜੀ, ਕੋਈ ਗੱਲ ਨਹੀਂ, ਅੰਦਰ ਜਾ ਕੇ ਦਿਖਾ ਦਿੰਦੇ ਹਾਂ। ਕਈ ਵਾਰੀ ਪੁੱਛ ਜਿਹੜਾ ਬਾਹਰਲੇ ਬੰਦੇ ਤੋਂ ਡਰ ਵੀ ਜਾਂਦਾ। ਬਾਕੀ ਥਾਣੇ ਜਿਹੜਾ ਕਾਫੀ ਚੰਗਾ ਲੱਗਾ, ਥਾਣੇ ਦਾ ਜਿਹੜਾ ਹੁਣ ਤੋਂ ਹੀ ਹੱਥ 'ਚ ਆਉਣ ਦਿਆ, ਕਾਫੀ ਪਿਆਰੀ ਵੈੜ ਹੈ। ਬਾਕੀ ਜਿਹੜਾ ਕੋਈ ਵੀਰ ਇੱਥੇ ਆਊਗਾ, ਪਸੰਦ ਜ਼ਰੂਰ ਆਊਗੀ ਇੱਕ ਵਾਰੀ, ਕਿਉਂਕਿ ਜਿਹੜੀਆਂ ਤੁਹਾਨੂੰ ਚਾਰ ਜਿਹੜੀਆਂ ਵੈੜਾਂ ਦਿਖਾਉਣੀਆਂ, ਸਾਰਿਆਂ 'ਚ ਉੱਚਾ ਕੱਦ ਜਿਹੜਾ ਇਹਦਾ ਹੀ ਆ ਅਤੇ ਉਮਰ ਵੀ ਸਾਰਿਆਂ ਤੋਂ ਘੱਟ ਜਿਹੜੀ ਇਹਦੀ ਆ। ਆਹ ਦੇਖ ਸਕਦੇ ਥਾਣੇ ਜਿਹੜਾ ਕਾਫੀ ਚੰਗਾ, ਇਹਦੇ ਕੋਲ ਗੁਲਾਬੀ ਰੰਗ ਦੇ ਥਾਣੇ ਆ। ਦੂਸਰੇ ਪਾਸੇ ਤੋਂ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਆਹ ਦੇਖ ਸਕਦੇ ਜੀ ਥਾਣੇ ਜਿਹੜਾ ਹੁਣ ਤੋਂ ਹੀ ਪ੍ਰੋਪਰ ਹੱਥ 'ਚ ਆਉਣ ਦਿਆ ਵਾ ਅਤੇ ਹਵਾਨਾ ਗਾਹ ਨੂੰ ਵੀ ਚੰਗਾ ਤਿਆਰ ਕਰਨ ਦੀ ਆ ਅਤੇ ਹਵਾਨਾ ਪਛਾਣ ਨੂੰ ਵੀ ਜਿਹੜਾ ਚੰਗਾ ਤਿਆਰ ਕਰਨ ਦੀ। ਚੰਗਾ ਹਵਾਨਾ ਭਰੂਗੀ ਹੈ ਨਾ ਇਹ ਵੀ। ਇਹ ਕਿੰਨਾ ਕੁ ਦੁੱਧ 'ਚ ਵਾਜੂਗੀ? ਇਹ ਵੀ ਮਤਲਬ ਦੁੱਧ ਵੀ
ਬਾਈ ਦੇ ਘੇਰੇ ਆਰਾਮ ਨਾਲ ਅੱਛਾ ਕਰਦੀ ਵੀ ਪਹਿਲੇ ਸੋ, 85 ਜਾਏਗੀ ਇਹਦੀ ਅੱਛਾ ਜਿਹੜੀ ਮਾਂ ਦਾ ਵਾ ਵੀ ਰਿਕਾਰਡ ਹੈ 30-32 ਲੀਟਰ ਦਾ ਹੈ। ਅੱਛਾ ਹਾਂਜੀ ਹਾਂਜੀ ਠੀਕ ਇਹਨਾਂ ਹੈ, ਘੁੰਮ ਪੀ ਲਈ ਫਾਰਮ ਤੋਂ ਲਈ ਹੈ 30-32 ਲੀਟਰ ਦਾ ਰਿਕਾਰਡ ਜੇ ਹੈ ਠੀਕ ਹੈ ਜੀ। ਹਾਂਜੀ ਉਹਦੀ ਬੱਚੀ ਹੈ ਇਹਦਾ ਕੀ ਮੁੱਲ ਜੇ ਫਿਰ? ਇਹਦਾ ਮੈਂ ਵੀ ਦੇਣ ਲੈਣ ਵਾਲਾ ਮੁੱਲ ਨਹੀਂ, ਮੈਂ ਵੀ ਮੁੱਲ ਦਿੱਤਾ ਕਰਨ ਬਣ ਜੋ ਮਰਜ਼ੀ ਮੰਗੀ ਜੇ, ਬਾਕੀ 65,000 ਦੀ ਦੇ ਦਾਂਗੇ। ਅੱਛਾ 65,000 ਦੀ ਦੇ ਦੋਗੇ, ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਨਾ ਹਾਂਜੀ, ਪਸੰਦ ਕੋਈ ਆਊਗੇ ਤਸੱਲੀ ਕਰਕੇ ਆਪਣੀ ਖੜੇ ਥਾਂ ਚੈੱਕ ਕਰੇ ਜੋ ਮਰਜ਼ੀ ਕਰਨਾ ਵਾ ਤਸੱਲੀ ਕਰਕੇ ਖੜੇ। ਠੀਕ ਹੈ ਜੀ, ਹਾਂਜੀ ਹਾਂਜੀ ਤੇ ਮਾਨ ਤਾਨ ਦੇ ਵਿੱਚ ਹੋਰ ਕਰ ਦੋਗੇ 65,000 ਚ? ਜੋ ਵੀ ਹੋਏਗਾ ਠੀਕ ਹੈ ਜੀ। ਆਹ ਬੱਚੀ ਜਲਸੀ ਐਚਐਫ ਸਕਰੋਸ ਹੈ, ਬਹੁਤ ਠੰਡੀ ਬੱਚੀ ਹੈ, ਥਾਣ ਜਿਹੜਾ ਇਹਦਾ ਕਵੇ ਬੜਾ ਕਮਾਲ ਦਾ, ਬਹੁਤ ਬੱਚੀ ਠੰਡੀ ਹੈ, ਠੰਡੀ ਬਹੁਤ ਹੈ, ਜਿੱਦਾਂ ਮਰਜ਼ੀ ਬਹਿ ਜਾਓ ਠੰਡੀ। ਠੀਕ ਹੈ ਜੀ ਹਾਂਜੀ, ਹਾਂ ਦੇਖ ਸਕਦੇ ਜੀ ਠੰਡੀ ਬਹੁਤ ਹੈ, ਬੜੇ ਕਮਾਲ ਦਾ ਥਾਣ ਜਿਹੜਾ ਇਹਦੇ ਕੋਲ ਵੀ ਲੱਗਾ। ਤੇ ਇਹ ਵੀ ਜਿਹੜੀ ਜਰਸੀ ਐਚਐਫ ਕ੍ਰੋਸ 'ਚ ਆ, ਚੰਗੇ ਕੱਦ ਕਾਟਦੀ ਹੈ, ਭਾਰੇ ਪੱਲੇ ਦੀ ਹੈ ਜਿਹੜੀ ਇਹ ਵੀ। ਚਿਹਰਾ ਦੇਖ ਸਕਦੇ ਇਹਦਾ ਇੱਕ ਵਾਰੀ, ਲੈ ਜਾਓ ਜੀ। ਬਾਕੀ ਹਵਾਨੇ ਜੀ ਢਿੱਲਾਂ ਜਿਹੜੀਆਂ ਇਹਦੇ ਵੀ ਕਾਫੀ ਆ, ਥਾਣੇ ਦੇ ਕਰੀ ਤੁਹਾਨੂੰ ਫਿਰ ਤਾਂ ਦਿਖਾ ਦਿੰਦੇ ਹਾਂ, ਕਾਫੀ ਪਿਆਰਾ ਥਾਣਾ ਜਿਹੜਾ ਇਹਦਾ, ਬਹੁਤ ਹੈ ਜਿੱਦਾਂ ਮਰਜ਼ੀ ਬਹਿ ਜਾ। ਠੀਕ ਹੈ ਜੀ, ਤੇ ਇਹ ਵੀ ਇੱਥੇ ਕਿੰਨੇ ਕੁ ਦੁੱਧ ਵਾਲੀ ਜੀ? ਇਹ ਦੁੱਧ ਮੈਂ ਵੀ 23-24 ਲੀਟਰ। ਅੱਛਾ 20 ਪਲੱਸ ਵਾਲੀਆਂ ਹੀ ਆ ਮੈਂ ਵੀ ਆਪਣੇ। ਠੀਕ ਹੈ, ਨਹੀਂ ਨਹੀਂ ਬੱਚੀ ਲੈਂਦੇ, ਬਾਕੀ ਬੱਚੀ ਜਿੱਦਾਂ ਮਰਜ਼ੀ ਤਸੱਲੀ ਕਰਕੇ ਖੜੇ। ਤੇ ਦੁੱਧ ਵੀ ਸੰਘਣਾ? ਦੁੱਧ ਵੀ ਸੰਘਣਾ ਹੈ, ਬਾਕੀ ਇਹਨੇ 10-12 ਦਿਨ ਇਹਨੇ ਵੀ ਲੈ ਜਾਣਾ। ਚੰਗਾ ਹਵਾਨਾ ਭਰੂਗੀ ਸੁੰਦਰ, ਹਵਾਨਾ ਚੰਗਾ ਭਰੇਗੀ। ਅੱਜ ਆਪਣੇ ਕੋਲ ਇਹੋ ਜਿਹਾ ਵੜਾ ਕਿ ਜਿਹੜਾ ਵਾ ਜਾ ਕੇ ਬੰਦਾ ਦਿਹਾੜੀ ਡੰਗ ਸਾਂਭ ਲੂਗਾ, ਸੁੰਦਰ ਹੈ ਜੀ ਲਾਜੂਗੀ ਨਾ ਨਾਲੇ ਜਾ ਕੇ, ਕੋਈ ਠੰਡੇ ਸੁਭਾਅ ਦੀਆਂ ਕੋਈ ਡੇਕਾਂ ਹੈ ਨਹੀਂ ਆ ਵੀ ਉਦਾਂ ਦੀਆਂ, ਠੰਡੀਆਂ ਤੇਰੀ ਉਤਰਾ ਥਾਣ ਹਵਾਨ ਦੀਆਂ ਵੀ ਸਾਫ ਆ ਨਾ। ਤੇ ਇਹਦਾ ਕੀ ਮੁੱਲ ਜੇ? ਇਹਦਾ ਵੀ ਮੈਂ ਵੀ 65,000 ਦੀ। ਅੱਛਾ 65,000, 65,000 ਮੁੱਲ ਜਾਂ ਕਿੱਦਾਂ ਵੀ ਕਰਦੇ ਆ, ਸੌਰੀ ਮੈਂ ਵੀ ਦੇਣੀ ਜਿਹੜੀ 55,000 ਦਾ ਮੈਂ ਵੀ ਜਿਹੜੀ ਦੇਣ ਵਾਲੀ ਦੇਣੀ ਆ 55,000 ਦੀ, ਦੇਣੀ 55,000 ਦੀ। ਅੱਛਾ ਹਾਂਜੀ ਹਾਂਜੀ, ਤੇ ਮਾਨ ਤਾਨ ਮੌਕੇ ਦੇ ਥੋੜਾ, ਮਾਨ ਤਾਨ ਮੌਕੇ ਦੇ ਜ਼ਰੂਰ ਪੂਰਾ ਕਰਾਂਗੇ। ਠੀਕ ਹੈ ਜੀ, ਮਾਨ ਤਾਨ ਵੀ ਜਿੱਦਾਂ ਜੀ ਆਇਆ ਉਹਨੂੰ ਗਾਹਕ ਦਾ। ਠੀਕ ਹੈ ਜੀ, ਆਪਣੀ ਮੱਪੀ ਖੜੇ ਆ ਵੀ ਬਾਲੀ ਠੰਡੀ ਹੈ ਬੱਚੀ, ਅਜੇ ਇਹਨੇ ਮੱਪੀ ਮਹੀਨਾ ਲੈ ਜਾਣਾ ਜੀ, ਇੱਕ ਮਹੀਨਾ ਕੱਚੀ ਆ ਜਿਹੜੀ ਇਹ, ਦਿਨ ਘੱਟ ਹੀ ਰਹਿੰਦੇ ਅਸੀਂ ਮਹੀਨਾ ਕਰਕੇ ਦਵਾਂਗੇ। ਠੀਕ ਹੈ ਜੀ, ਦਿਨ ਉਦਾਂ ਘੱਟ ਹੈ ਜੀ ਪਰ ਅਸੀਂ ਮਹੀਨਾ ਕਰਕੇ ਦਵਾਂਗੇ ਵੀ। ਬਾਕੀ ਚਿਹਰੇ ਦੀ ਇਹ ਵੀ ਦੇਖ ਸਕਦੇ ਜੀ, ਦੂਜਾ ਸੂਆ ਜੀ, ਦੂਸਰਾ ਸੂਆ ਦੱਸ ਦੇ ਵੀ, ਤੇ ਹਾਈਟ ਦੀ ਕੱਦ ਕਾਟਦੀ ਇਹ ਵੀ ਚੰਗੀ ਹੈ। ਬਾਕੀ ਜਿੰਨੇ ਚਿਰ ਇਹਨੇ ਸੋਹਣਾ ਵਾ ਉਨੇ ਚਿਰ ਜਿਹੜਾ ਮੌਸਮ ਹੀ ਪੂਰਾ ਵਧੀਆ ਹੋ ਜਾਣਾ। ਠੀਕ ਹੈ ਜੀ, ਬਾਕੀ ਬੱਦਲ ਆਪਾਂ ਦੇਖ ਸਕਦੇ ਹਾਂ ਜੀ ਕਾਫੀ ਹੋਇਆ ਵਾ। ਥਾਣਾ ਇਹਦੇ ਵੀ ਇੱਕ ਵਾਰੀ ਲਾ ਕੇ ਤਾਂ ਦੇਖ ਸਕਦੇ ਜੀ, ਥਾਣਾ ਦਾ ਸਾਈਜ਼ ਜਿਹੜਾ ਇਹਦਾ ਵੀ ਚੰਗਾ ਤਾਂ ਹੈਗੀ ਆ ਵੀ ਜਿਹੜੀ ਠੰਡੀ ਧੀਰੀ ਆ, ਤੇ ਮਿਲਕ ਮੇਨ ਵੀ ਚੰਗੀ ਲੱਗੀ ਹੈ, ਬਹੁਤ ਠੰਡੀ ਬੱਚੀ। ਰਿਕਾਰਡ ਮੱਪੀ ਪਹਿਲਣ ਦਾ ਬਹੁਤ ਚੰਗਾ ਰਿਹਾ ਜੀ, ਮੱਪੀ 18-19 ਲੀਟਰ ਦੇ। ਅੱਛਾ ਲੀਟਰ ਮਾਰਵਾ ਜਿਹੜਾ? ਅੱਛਾ ਪਹਿਲੇ ਸੋਹੇ ਜਿਹੜਾ? ਹਾਂਜੀ ਪਹਿਲੇ ਸੋਹੇ ਰਿਕਾਰਡ ਬਹੁਤ ਵਧੀਆ ਰਿਹਾ। ਐਤਕੀ ਕਿੰਨਾ ਕੁ ਚਵਾ ਜੀ? ਐਤਕਾਂ ਮੱਪੀ 20 ਪਲੱਸ ਹੀ ਕਰ ਦੇਗੀ। ਅੱਛਾ ਵੀ 20 ਪਲੱਸ, ਸੇਵਾ ਬਹੁਤ ਕਰਨ ਡਏ ਆ, ਬਾਕੀ ਜਿੰਨੀ ਵੀ ਮੱਪੀ ਹੋ ਸਕੀ ਉਨੀ ਸੇਵਾ ਕਰਨ ਡਏ। ਬਾਕੀ ਇਹ ਹੈ ਕਿ ਚਲੋ ਕੋਈ ਹੁਣ ਵੀ ਕੋਈ ਸਾਂਭ ਵਾਲਾ ਲੈ ਜੇ, ਹਾਂਜੀ ਹਾਂਜੀ, ਤੇ ਜਿਹੜਾ ਦੁੱਧ ਚੰਗਾ ਕੱਢੀ ਜਾਊਗੀ ਹਨਾ, ਚੰਗਾ ਕੱਢੇਗੀ। ਤੇ ਕੀ ਇਹਦਾ ਮੁੱਲ ਜੇ ਫਿਰ? ਇਹਦਾ ਮੁੱਲ ਭਾਜੀ ਮੈਂ ਵੀ ਮੁੱਲ ਨਹੀਂ ਦੇਣ ਲੈਣ ਵਾਲੀ ਗੱਲ, 30,000 ਦੀ ਦੇ ਦਾਂਗੇ। ਅੱਛਾ ਹਾਂਜੀ, 20 ਲੀਟਰ ਵਾਲੀ 30,000 ਦੀ? 30,000 ਦੀ ਦੇ ਦਾਂਗੇ, ਇਹ ਗਿਫਟ ਹੀ ਇੱਕ ਸਮਝ ਲਓ ਵਿੱਚ ਮੈਂ ਵੀ, ਤੇ ਨਾ ਜੋ ਇੱਕ ਗਿਫਟ ਆ ਗਿਆ। ਅੱਛਾ ਹਾਂਜੀ ਹਾਂਜੀ, ਉਹ 'ਚੋਂ ਵੀ ਕਰ ਦੋਗੇ ਮਾਨ ਤਾਨ? ਮਾਨ ਤਾਨ ਕਰ ਦਾਂਗੇ ਜੀ। ਠੀਕ ਹੈ ਜੀ, ਗਾਹਕ ਦਾ ਮਾਣ ਕਰਾਂਗੇ। ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਜੀ ਫਿਰ? ਹੋਰ ਆ ਜਾਓ ਭਾਜੀ ਤੁਸੀਂ ਕਹਿ ਦਿਓ ਭਾਵੇਂ। ਬਾਕੀ ਇਹ ਕਿ ਚਲੋ ਆਪਣਾ ਕੋਈ ਤਸੱਲੀ ਕਰਕੇ ਖੜੇ, ਤਸੱਲੀ ਕਰਕੇ ਖੜਨਾ ਆਪਣੇ ਗਾਹਕ ਆਵੇ ਆਪਣੀ ਤਸੱਲੀ ਕਰੇ ਫੁੱਲ ਹਾਂਜੀ ਮਾਲ ਖਰੀਦੇ ਪਸੰਦ ਕਰੇ ਹਨਾ, ਪਹਿਲਾਂ ਤੇ ਵੇਖ ਚਾ ਕੇ ਆਪਣੀ ਸਮਝ ਨਾ ਖੜੇ ਜੀ। ਆਪਣੀ ਇਹ ਆ ਕੇ ਆਪਣੀ ਜਿਹੜਾ ਡੰਗਰ ਗੱਭਣ ਆ ਹਾਂਜੀ ਉਹਦੇ ਥਣ ਚੈੱਕ ਕਰ ਲੇ ਹਾਂਜੀ, ਪਿੱਛੇ ਦੀ ਸਾਡੀ ਗਰੰਟੀ ਹੋਵੇ। ਠੀਕ ਹੈ ਜੀ ਹਾਂਜੀ, ਠੀਕ ਹੈ ਵੀਰ ਜੀ, ਭਾਰ ਨਾ ਪਾਏਗੀ ਮੈਂ ਵੀ ਉਹ ਗਰੰਟੀ ਫੁੱਲ ਹੋਏਗੀ। ਠੀਕ ਹੈ ਜੀ ਹਾਂਜੀ, ਕਿਤੇ ਮੈਂ ਵੀ ਇੱਕ ਦਿਨ ਨਾ ਮੈਂ ਵੀ ਬੱਚਾ ਭਾਰ ਭੂਰ ਪਾਉਂਦੇ ਹੋ ਹਾਂਜੀ, ਮਤਲਬ ਕੋਈ ਉਹ ਜੀ ਕੋਈ ਠੰਡੀਆਂ ਬਹੁਤ ਹੈ, ਜਿੱਦਾਂ ਮਰਜ਼ੀ ਇਹ ਟਾਈਮ ਮਰਜ਼ੀ ਬਹਿ ਜਾਓ, ਠੰਡੀਆਂ ਬਹੁਤ ਹੈ।
ठीक है भीर जी, बहुत बहुत धन्यवाद जी। बाकी कोई वीर आवे इत्थे अपनी तसली करे, वेस चाह के फिर ही अपना पशु खरीदे जी। हाँ जी दोस्तों, वीडियो ने पूरा देखने लिए बहुत बहुत धन्यवाद जी।